ਕੀਤਾ ਹਾਂ। ਭਾਈ ਕਾਰੀ ਉਸਮਾਨ ਡੋਗਰ ਸਾਹਿਬ, ਬਰਾਦਰੇ ਮੁਕਰਮ ਕਾਰੀ ਯਾਸੀਨ ਬਲੋਚ ਸਾਹਿਬ ਕੇ ਸਾਥ ਵੋ ਤਸ਼ਰੀਫ ਲੈ ਕੇ ਆਏ ਹੈ, ਉਨਕੋ ਹਮ ਤੋਨਾਤ ਕੇ ਲੀਏ ਦਾਵਤ ਦੇ ਦੋ। ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਬੋਲੋ ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਸੁਬਹਾਨ ਅੱਲਾਹ। ਸਾਰੇ ਮਿਲ ਕੇ ਪੜ੍ਹ ਲਓ ਅੱਲਾ ਦਾ ਨਾਮ ਏ, ਕਿਉਂਕਿ ਅੱਲਾ ਦੀ ਸਿਫਾ ਦਾ ਜ਼ਿਕਰ ਏ। ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਸੁਬਹਾਨ ਅੱਲਾਹ। ਤੂੰ ਰਹੀਮ ਵੀ ਏ, ਤੂੰ ਕਰੀਮ ਵੀ ਏ, ਤੂੰ ਰਹੀਮ ਵੀ ਏ, ਤੂੰ ਕਰੀਮ ਵੀ ਏ। ਤੇਰੀ ਸ਼ਾਨ ਬੁਲੰਦ ਅਜ਼ੀਮ ਵੀ ਏ, ਤੂੰ ਰਹੀਮ ਵੀ ਏ, ਤੂੰ ਕਰੀਮ ਵੀ ਏ। ਤੇਰੀ ਸ਼ਾਨ ਬੁਲੰਦ ਅਜ਼ੀਮ ਵੀ ਏ। ਜਿਹਨੂੰ ਚਾਹੇ ਦੇਣਾ ਇੱਜ਼ਤ ਅਤਾ, ਸੁਬਹਾਨ ਅੱਲਾ, ਸੁਬਹਾਨ ਅੱਲਾ, ਸੁਬਹਾਨ ਅੱਲਾ, ਸੁਬਹਾਨ ਅੱਲਾ, ਸੁਬਹਾਨ ਅੱਲਾ, ਸੁਬਹਾਨ ਅੱਲਾ। ਤੁਸੀਂ ਵੀ ਸਾਰੇ ਕਹਿ ਦਿਓ ਸੁਬਹਾਨ ਅੱਲਾ। ਅੱਲਾ ਜਿਹੜਾ ਹੱਥਾਂ ਨੂੰ ਚੁੱਕ ਕੇ ਆਖੇ, ਇਸੇ ਸਾਲ ਗਲਾਫ ਬੈਤੁੱਲਾ ਦੇ ਗਲਾਫ ਨਾਲ ਸੁਬਹਾਨ ਅੱਲਾ ਕਹਿਣ ਵਾਲੇ ਬੰਦੇ ਹੱਥ, ਤੇ ਜਿਹੜੇ ਹੋਂਟਾਂ ਨਾਲ ਜਿਹੜਾ ਬੰਦਾ ਜਿਹੜੀ ਉੱਚੀ ਆਖੇ ਅੱਲਾ, ਇਸੇ ਸਾਲ ਹਜ਼ਰੇ ਸੁਬਹਾਨ ਅੱਲਾ ਇਹੀ ਹੋਂਟ ਲਵਾ ਦੇ, ਰੱਖੋ ਸੁਬਹਾਨ। ਇਨਸ਼ਾ ਅੱਲਾ ਰਹਿਮਾਨ, ਇਹ ਸਿਰਫ ਤੁਹਾਡੇ ਸਾਹਮਣੇ ਦੋ ਅਸ਼ਾਰ ਪੇਸ਼ ਕਰਕੇ ਇਜਾਜ਼ਤ ਚਾਹੁੰਦਾ ਆਪਣੇ ਉਸਤਾਦ ਜੀ ਦੀ ਮੌਜੂਦਗੀ ਅੰਦਰ, ਬੜੇ ਮੁਹੱਬਤ ਵਾਲੇ। ਕਿਹੋ ਸੀ ਮਹਿਸ਼ਰ ਦਾ ਮੈਦਾਨੇ, ਨਕਸ਼ਾ ਵੇਖੋ। ਹੋਸੀ ਮਹਿਸ਼ਰ ਦਾ ਮੈਦਾਨੇ, ਫਰਮੇਸੀ ਰੱਬ ਰਹਿਮਾਨੇ, ਹੋਸੀ ਮਹਿਸ਼ਰ ਦਾ ਮੈਦਾਨੇ, ਫਰਮੇਸੀ ਰੱਬ ਰਹਿਮਾਨੇ। ਅਗਰ ਅੱਛਾ ਜੁਮਲਾ ਲੱਗੇ ਹੱਥਾਂ ਨੂੰ ਚੁੱਕ ਕੇ ਸੁਭਾਨ ਅੱਲਾ ਚਾਹੀਦੀ। ਹੋਸੀ ਮਹਿਸ਼ਰ ਦਾ ਮੈਦਾਨੇ, ਫਰਮੇਸੀ ਰੱਬ ਰਹਿਮਾਨੇ, ਕੁਰਾਨ ਵਾਲੇ ਉੱਚ ਸ਼ਾਨ ਵਾਲੇ, ਕੁਰਾਨ ਵਾਲੇ ਉੱਚ ਸ਼ਾਨ ਵਾਲੇ। ਕਹੀਂ ਚਮਕਦੇ ਹੋਸਨ ਸੀਨੇ, ਨਜ਼ਰਾਸਨ ਵਿੱਚ ਖਜ਼ੀਨੇ, ਕਹੀਂ ਚਮਕਦੇ ਹੋਸਨ ਸੀਨੇ, ਈਮਾਨ ਵਾਲੇ ਉੱਚ ਸ਼ਾਨ ਵਾਲੇ, ਈਮਾਨ ਵਾਲੇ ਉੱਚ ਸ਼ਾਨ ਵਾਲੇ। ਬੜਾ ਕਮਾਲ ਦਾ ਜੁਮਲਾ, ਹਾਫਜ਼ ਕੁਰਾਨ ਦਾ ਆਵੇ ਦਸ ਜੱਲਤ ਨੂੰ ਲੈ ਜਾਵੇ, ਹਾਫਿਜ਼ ਕੁਰਾਨ ਦਾ ਆਵੇ ਦਸ ਜੱਲਤ ਨੂੰ ਲੈ ਜਾਵੇ। ਅੱਜ ਇਸ ਨੂੰ ਹੱਕ ਹਾਸਿਲ, ਜਿਹਨੂੰ ਮਰਜ਼ੀ ਏ ਬਖਸ਼ਾਵੇ, ਅੱਜ ਇਸ ਨੂੰ ਹੱਕ ਹੈ ਹਾਸਿਲ, ਜਿਹਨੂੰ ਮਰਜ਼ੀ ਏ ਬਖਸ਼ਾਵੇ, ਜਿਹਨੂੰ ਮਰਜ਼ੀ ਏ ਬਖਸ਼ਾਵੇ। ਮਾਂ ਬਾਪ ਬੁਲਾਏ ਜਾਸਲ, ਜਿਹਨਾਂ ਦੇ ਬੱਚੇ ਆਫਦੇ ਨਾ, ਮਾਂ ਬਾਪ ਬੁਲਾਏ ਜਾਸਲ, ਸੁਨੇ ਤਾਜ ਪਵਾਏ ਜਾਸਲ, ਮਾਂ ਬਾਪ ਬੁਲਾਏ ਜਾਸਲ, ਸੁਨੇ ਤਾਜ ਪਵਾਏ ਜਾਸਲ, ਪਹਿਚਾਨ ਵਾਲੇ ਉੱਚ ਸ਼ਾਨ ਵਾਲੇ। ਹੋਸੀ ਮਹਿਸ਼ਰ ਦਾ ਮੈਦਾਨੇ, ਹੋਸੀ ਮਹਿਸ਼ਰ ਦਾ ਮੈਦਾਨੇ, ਫਰਮੇਸੀ ਰੱਬ ਰਹਿਮਾਨੇ, ਕੁਰਾਨ ਵਾਲੇ ਉੱਚ ਸ਼ਾਨ ਵਾਲੇ, ਕੁਰਾਨ ਵਾਲੇ ਉੱਚ ਸ਼ਾਨ ਵਾਲੇ।